ਇੰਡੀਅਨ ਐਸੋਸੀਏਸ਼ਨ ਆਫ ਹੈਲਥ ਫਿਟਨੈਸ ਸੰਸਥਾ ਵੱਲੋਂ ਨਿਹਾਲ ਸਿੰਘ ਵਾਲਾ ਵਿਖੇ ਸਮਾਗਮ ਦੌਰਾਨ ਆਪਣੀ ਸੰਸਥਾ ਨੂੰ ਹੋਰ ਅੱਗੇ ਵਧਾਉਣ ਦੀ ਮੁਹਿੰਮ ਤਹਿਤ ਸੀਨੀਅਰ ਅਕਾਲੀ ਆਗੂ ਪ੍ਰਧਾਨ ਸਰਜੀਤ ਸਿੰਘ ਰਣਸੀਹ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਸੀਨੀਅਰ ਅਕਾਲੀ ਆਗੂ ਡਾਕਟਰ ਰੁਪਿੰਦਰ ਸਿੰਘ ਭੁੱਚਾ ਨੂੰ ਸਰਕਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਦੋਨੋਂ ਨਿਯੁਕਤ ਕੀਤੇ ਗਏ ਆਗੂਆਂ ਨੂੰ ਪੰਜਾਬ ਇੰਚਾਰਜ ਰਾਜਵਿੰਦਰ ਸਿੰਘ ਪੰਨੀਵਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਰਣਜੋਤ ਸਿੰਘ ਲੰਬੀ ਨੇ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਪੰਜਾਬ ਇੰਚਾਰਜ ਰਾਜਵਿੰਦਰ ਸਿੰਘ ਪੰਨੀਵਾਲਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਡੀ ਇਸ ਸੰਸਥਾ ਦਾ ਮੁੱਖ ਮਕਸਦ ਹੈ ਕਿ ਅੱਜ ਕੱਲ੍ਹ ਨੌਜਵਾਨਾਂ ਵਿੱਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਰੋਕਣਾ। ਉਹਨਾਂ ਕਿਹਾ ਕਿ ਜਿਸ ਲਈ ਸਾਨੂੰ ਤੁਹਾਡੀ ਸਭ ਦੀ ਜ਼ਰੂਰਤ ਹੋਵੇਗੀ। ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਕਿਤੇ ਵੀ ਨਸ਼ਾ ਵੇਚਣ ਵਾਲਾ ਤੁਹਾਡੀ ਨਜ਼ਰ ਵਿੱਚ ਆਉਂਦਾ ਹੈ ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ। ਨਿਹਾਲ ਸਿੰਘ ਵਾਲਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ। ਇੰਡੀਅਨ ਐਸੋਸੀਏਸ਼ਨ ਆਫ ਹੈਲਥ ਐਂਡ ਫਿਟਨੈਸ ਜਿਹੜੀ ਸੰਸਥਾ ਹੈਗੀ ਆ, ਇਸ ਦਾ ਮੈਂ ਮਤਲਬ ਜਿਹੜੀ ਪੰਜਾਬ ਲੈਵਲ 'ਤੇ ਕੰਮ ਕਰ ਰਹੀ ਹੈ, ਇਹਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਆਗੂ ਇਹਦੇ ਵਿੱਚ ਅਵਤਾਰ ਸਿੰਘ ਜੀ ਬਣਾ ਲਏ, ਰਾਜਵਿੰਦਰ ਸਿੰਘ ਜੀ ਪੰਨੀਵਾਲਾ, ਉਹਨਾਂ ਉਹ ਜੋ ਕੰਮ ਕਰ ਰਹੇ ਆ, ਸਾਨੂੰ ਅੱਜ ਉਹਨਾਂ ਨੇ ਨਿਯੁਕਤੀਆਂ ਦਿੱਤੀਆਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀਆਂ ਅਤੇ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲੇ ਦੀਆਂ, ਰੁਪਿੰਦਰ ਸਿੰਘ ਭੁੱਚਾ ਜੀ ਨੂੰ। ਉਹਨਾਂ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਅਤੇ ਅਸੀਂ ਜਿਹੜੀਆਂ ਮਤਲਬ ਖਰੀਦੀਆਂ ਹੈਗੀਆਂ ਨਸ਼ੇ ਪ੍ਰਤੀ ਸਮੈਕ ਵਿਕਦੀ ਆ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਵਿਕਦੀਆਂ, ਉਹਨਾਂ ਦਾ ਜਦੋਂ ਵੀ ਸਾਨੂੰ ਪਤਾ ਲੱਗੂਗਾ ਅਸੀਂ ਉਸ ਦੇ ਨਾਲ ਪੂਰੇ ਦਾ ਪੂਰਾ ਮੋਢਾ ਲਾ ਕੇ ਚੱਲਾਂਗੇ ਅਤੇ ਇਹ ਜਿੱਥੇ ਵੀ ਕਿਤੇ ਵਿਕਦੀਆਂ ਹੋਈਆਂ ਉਹਨਾਂ ਨੂੰ ਰੋਕਣ ਦੀ ਫੁੱਲ ਕੋਸ਼ਿਸ਼ ਕਰਾਂਗੇ। ਜੇ ਸਾਡੇ ਕੋਲੋਂ ਇਹ ਨਾ ਮਤਲਬ ਹੋਇਆ ਤਾਂ ਅਵਤਾਰ ਸਿੰਘ ਪ੍ਰਣਾਲੀ ਨਾਲ ਗੱਲ ਕਰਕੇ ਅਸੀਂ ਪੰਜਾਬ ਸਰਕਾਰ ਤੱਕ ਪਹੁੰਚ ਕਰਕੇ ਇਹ ਗਰੀਬੀਆਂ ਨੂੰ ਖਤਮ ਕਰਨ ਦੀ ਫੁੱਲ ਹੋਰ ਜ਼ੋਰ ਕੋਸ਼ਿਸ਼ ਕਰਾਂਗੇ। ਅੱਜ ਅਸੀਂ ਨਿਹਾਲ ਸਿੰਘ ਵਾਲਾ ਵਿਖੇ ਇੰਡੀਅਨ ਐਸੋਸੀਏਸ਼ਨ ਆਫ ਹੈਲਥ ਐਂਡ ਫਿਟਨੈਸ ਦੇ ਬਾਰੇ ਇੱਥੇ ਜਾਣਕਾਰੀ ਦੇਣ ਬਾਰੇ ਇੱਥੇ ਪਹੁੰਚੇ ਹਾਂ ਅਤੇ ਇੱਥੇ ਕੁਛ ਅਸੀਂ ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਆ। ਇੰਡੀਅਨ ਐਸੋਸੀਏਸ਼ਨ ਆਫ ਹੈਲਥ ਐਂਡ ਫਿਟਨੈਸ IHF, ਇਹਦਾ ਜੋ ਮੇਨ ਮਕਸਦ ਹੈ ਇੱਕ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਅਤੇ ਨਸ਼ਾ ਮੁਕਤ ਪੰਜਾਬ ਬਣਾਉਣਾ। ਇਸ ਦੇ ਤਹਿਤ ਜੋ ਅਸੀਂ ਇੱਥੇ ਨਿਹਾਲ ਸਿੰਘ ਵਾਲਾ ਵਿੱਚ ਪਹੁੰਚੇ ਹਾਂ, ਲੋਕਾਂ ਨੇ ਇੱਥੇ ਸਾਨੂੰ ਬਹੁਤ ਵਧੀਆ ਚੰਗਾ ਰਿਸਪੋਂਸ ਦਿੱਤਾ ਅਤੇ ਅਸੀਂ ਆਸ ਕਰਦੇ ਹਾਂ ਜੋ ਨਵੇਂ ਮੈਂਬਰ ਇੱਥੇ ਲਾਏ ਆ ਉਹ ਸਾਡੇ ਨੂੰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ ਅਤੇ ਸਾਨੂੰ ਇਸ ਏਰੀਏ 'ਚ ਬਹੁਤ ਵਧੀਆ ਰਿਸਪੋਂਸ ਮਿਲੂਗਾ। ਨਸ਼ਿਆਂ ਦੇ ਖਿਲਾਫ ਜੋ ਲਹਿਰ ਚਲਾਈ ਆ ਉਹ ਇੱਥੋਂ ਸਾਨੂੰ ਬਹੁਤ ਚੰਗਾ ਰਿਸਪੋਂਸ ਮਿਲੂ। ਅਸੀਂ ਮੇਨ ਉਪਰਾਲੇ ਕਰ ਰਹੇ ਹਾਂ, ਪਿੰਡਾਂ ਦੇ ਵਿੱਚ ਅਸੀਂ ਸ਼ੁਰੂ ਯੋਗਾ ਕੈਂਪ ਸ਼ੁਰੂ ਕਰਵਾਏ ਹੋਏ ਆ ਔਰ ਇਸ ਏਰੀਏ ਦੇ ਵਿੱਚ ਵੀ ਹੁਣ ਸ਼ੁਰੂ ਕਰਵਾਵਾਂਗੇ। ਨਸ਼ਾ ਛੁਡਾਊ ਕੇਂਦਰ ਖੋਲ ਰਹੇ ਹਾਂ ਔਰ ਜੋ ਗਰੀਬ ਜਿਹਦੇ ਕੋਲ ਇਲਾਜ ਕਰਾਉਣ ਵਾਸਤੇ ਪੈਸਾ ਹੈ ਨਹੀਂ ਉਹ ਸਾਡੇ ਨਾਲ ਸਾਡੀ ਸੰਸਥਾ ਨਾਲ ਸੰਪਰਕ ਕਰੇ, ਅਸੀਂ ਉਹਦਾ ਫ੍ਰੀ ਇਲਾਜ ਕਰਾ ਕੇ ਦੇਵਾਂਗੇ। ਉਹ ਨਸ਼ਾ ਛੱਡਣਾ ਚਾਹੁੰਦਾ ਹੋਵੇ, ਲੋਕਾਂ ਤੋਂ ਇਹੀ ਸਹਿਯੋਗ ਚਾਹੁੰਦੇ ਹਾਂ ਵੀ ਲੋਕ ਸਭ ਤੋਂ ਪਹਿਲਾਂ ਜੋ ਨਸ਼ਾ ਹੈ ਇਹ ਆਪਦੇ ਘਰ 'ਚੋਂ ਖਤਮ ਹੋਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਜਿਹਦੇ ਵੀ ਘਰ ਦੇ ਵਿੱਚ ਕੋਈ ਮੈਂਬਰ ਕੋਈ ਨਸ਼ਾ ਕਰਦਾ ਉਹ ਸਾਨੂੰ ਆ ਕੇ ਦੱਸੇ, ਉਸ ਦਾ ਅਸੀਂ ਇਲਾਜ ਕਰਾਈਏ ਔਰ ਲੋਕ ਸਾਡੇ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ, ਜਿੱਥੇ ਕੋਈ ਨਸ਼ਾ ਵੇਚਦਾ ਵੀ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦੇਣ ਤਾਂ ਕਿ ਪ੍ਰਸ਼ਾਸਨ ਨੂੰ ਕਹਿ ਕੇ ਉਹ 'ਤੇ ਬੰਦ ਦੀ ਕਾਰਵਾਈ ਕਰਵਾਈ ਜਾਵੇ। Audio Jungle.